मेरे बेटे का बहुत बेरहमी ने कतल किया गया। बड़ी किसी ने मेरी साड़ी सुनी नहीं, पूरे पिंड मेरे बेटे सारे सामने मारे गया। पिंड चक्कोवाल शेखा जिला हुशियारपुर विखे 22 साल करनदीप सिंह नाम के लड़के का बड़ी ही बेरहमी नाल कतल कर दिता गया। तो थाना बुल्लोवाल की पुलिस दोषियों की भाल करन विच जुटी हुई है। करनदीप सिंह दे परिवार ने पुलिस प्रशासन वालों दोषियों खिलाफ सख्त तो सख्त कार्रवाई करन अते इंसाफ की मांग की है। हुशियारपुर तो भुपिंदर सिंह की विशेष रिपोर्ट। पंजाब न्यूज़ चैनल देख रहे सारे ही दर्शकों का मैं तहे दिलों स्वागत करता हाँ। अज असी पहुँचे हाँ पिंड चक्कोवाल शेखा जिला हुशियारपुर, जिथे कि 22 साल करनदीप सिंह नाम के लड़के का बड़ी बेरहमी के नाल कतल कर दिता गया है। इस संबंधी असी गलबात करते हैं करनदीप सिंह के डैडी होना के नाल। हाँ सत श्रीकाल जी, की नाम जी तुहाडा? मेरा सुखदेव सिंह जी। ये सर जो दर्दनाक हादसा होया है, हमलावर ने किया, इस संबंधी सानू पूरी जानकारी दिओ। हाँ जी, बेटा मेरा करनदीप सिंह एतवार नू ब्याह गया सीगा जी। जी ब्याह जाण उपरंत वापस नहीं, शाम तक ही आया। पहले 4 बजे मैनू राह दे विच उहदा बाइक एक मुंडे ने जिहदा नाम सीपा आ उहदे कोल सीगा, उहनू पुछिआ वी तूं वी करन कित्थे आ। उह कहिंदा कि अंकल तेल मुक गया मोटरसाइकिल दा, ते तेल लैण गया आ दोस्त अपने नाल, ते आउंदा ते असीं घर आउंदे पर घर नहीं आया। ये जिहड़ा मतलब लड़के का कतल होया, हमला उहदे ते दर्दनाक किया, ये कौन बंदे सन? ये गोपी है जी, गोपी दे नाल कोई उहदे उहने बंदे बाहरों सद्दे हो सीगे, 8-10 मुंडे सीगे जी। बाकी नां नूं तां मैं तां नहीं जाणदा जुणदा जी किसे दे, ये मुंडे दा गोपी दा मैनूं पता है जी। किहड़े किहड़े हथियार उहनां दे कोल सन? हाँ जी, उहनां कोल कृपानां सीगियां जी, बरछे बुरछे सीगे, डंडे वी सीगे कुछ बंदियां कोल, किरचां कुरचां सीगियां जी। ਅਤੇ ਜਿੱਦਾਂ ਲੋਕ ਦੱਸਦੇ ਆ, ਬੱਚੇ ਮੇਰੇ ਦੇ ਬੇਟੇ ਦੇ ਅੱਖਾਂ 'ਚ ਸਪਰੇ ਪਾਈ ਹੈ ਜੀ। ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਕੀ ਮੰਗ ਕਰਦੇ ਹੋ? ਮੈਂ ਪੁਲਿਸ ਪ੍ਰਸ਼ਾਸਨ ਤੋਂ ਅੱਜ 4 ਦਿਨ ਹੋ ਗਏ ਆ ਜੀ, ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ। ਸਾਡਾ ਬੱਚਾ ਤਾਂ ਚਲੋ ਜ਼ਿੰਦਗੀ 'ਚੋਂ ਪਰਮਾਤਮਾ ਨੇ ਇਹਨਾਂ ਦੇ ਰਾਹੀਂ ਖੋਹ ਲਿਆ, ਪਰ ਸਾਨੂੰ ਇਨਸਾਫ਼ ਤੋਂ ਮੈਂ ਬਹੁਤ ਪਰਜ਼ੋਰ ਮੰਗ ਕਰਦਾ ਵੀ ਸਾਨੂੰ ਇਨਸਾਫ਼ ਦਵਾਇਆ ਜਾਵੇ, ਇਨਸਾਫ਼ ਦਵਾਇਆ ਜਾਵੇ। ਧੰਨਵਾਦ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਰਨਦੀਪ ਸਿੰਘ ਉਹਨਾਂ ਦੀ ਮਾਤਾ ਦੇ ਨਾਲ। ਹਾਂਜੀ, ਮੇਰੇ ਬੇਟੇ ਨੂੰ ਅੱਜ 4 ਦਿਨ ਹੋ ਗਏ ਜੀ ਡੈਥ ਹੋਈ ਨੂੰ, ਕੋਈ ਹਜੇ ਮੁੰਡਾ ਨਹੀਂ ਫੜ ਹੋਇਆ। ਮੈਨੂੰ ਇਨਸਾਫ਼ ਚਾਹੀਦਾ ਪ੍ਰਸ਼ਾਸਨ ਤੋਂ, ਮੈਨੂੰ ਇਨਸਾਫ਼ ਦਵਾ ਦਿਓ। ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰੂੰਗੀ, ਮੈਨੂੰ ਇਨਸਾਫ਼ ਦਵਾ ਦਿਓ। ਮੇਰੇ ਬੇਟੇ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ, ਬੜੀ ਕਿਸੇ ਨੇ ਮੇਰੀ ਸਾਡੀ ਸੁਣੀ ਨਹੀਂ, ਪੂਰੇ ਪਿੰਡ ਵਿੱਚ ਮੇਰੇ ਬੇਟੇ ਨੂੰ ਸਾਰਿਆਂ ਸਾਹਮਣੇ ਮਾਰਿਆ ਗਿਆ, ਬੜੀ ਤੜਫਾ ਕੇ ਮਾਰਿਆ। ਕਿ ਤੁਹਾਡੇ ਬੇਟੇ ਦੀ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀਗੀ ਕੋਈ ਇੱਦਾਂ ਦੀ, ਜਿਸ ਕਾਰਨ ਇਹ ਕਤਲ ਦਾ ਮਾਮਲਾ ਸਾਹਮਣੇ ਆਇਆ? ਹਾਂਜੀ, ਲੋਕਡਾਊਨ ਵਿੱਚ ਮੇਰੇ ਬੇਟਾ ਨਾਲ ਜਿਹੜਾ ਗੋਪੀ ਆ ਉਹ ਬਲੈਕਰ ਸੀਗਾ, ਜਿੱਦਾਂ ਸ਼ਰਾਬ ਵੇਚਦਾ ਸੀਗਾ, ਉਹਨੂੰ ਰੋਕਣ ਦੀ ਰੋਕਿਆ ਉਹਨੂੰ ਵੀ ਸ਼ਰਾਬ ਕਿਉਂ ਲੈ ਕੇ ਜਾ ਰਿਹਾ। ਇਸ ਉਹ ਰੰਜਿਸ਼ ਦੇ ਨਾਲ ਮੇਰੇ ਬੇਟੇ ਦਾ ਕਤਲ ਕੀਤਾ ਗਿਆ, ਬੜੀ ਬੇਰਾਮੀ ਨਾਲ ਕਤਲ ਕੀਤਾ ਗਿਆ, ਬਹੁਤ ਜ਼ਿਆਦਾ ਜੀ। ਇੰਨੀ ਕਹੀ ਆ ਵੀ ਸਾਡੀ, ਮੈਨੂੰ ਇਨਸਾਫ਼ ਦਵਾ ਦਿਓ, ਇੱਕ ਮਾਂ ਦੀ ਅਰਦਾਸ ਆ ਇਹ ਸਾਰਿਆਂ 'ਚ, ਮੈਨੂੰ ਇਨਸਾਫ਼ ਦਵਾ ਦਿਓ। ਇਹ ਜੋ ਪਿੰਡ ਚੱਕੋਵਾਲ ਸ਼ੇਖਾ ਕਰਨਦੀਪ ਨਾਮ ਦੇ ਲੜਕੇ ਦਾ ਇੱਕ ਦਰਦਨਾਕ ਕਤਲ ਕੀਤਾ ਗਿਆ, ਇਸ ਸੰਬੰਧ ਵਿੱਚ ਅਸੀਂ ਪਿੰਡ ਚੱਕੋਵਾਲ ਸ਼ੇਖਾ ਦੇ ਸਰਪੰਚ ਦਵਿੰਦਰ ਕੁਮਾਰ ਜੀ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਰ ਜੋ ਘਟਨਾ ਵਾਰਦਾਤ ਅੰਜਾਮ ਦਿੱਤੀ ਗਈ ਆ ਹਮਲਾਵਾਰਾਂ ਵੱਲੋਂ, ਇਸ ਸੰਬੰਧੀ ਸਾਨੂੰ ਜਾਣਕਾਰੀ ਦਿਓ। ਸਰ ਇਹ ਬਹੁਤ ਪਹਿਲਾਂ ਦਰਦਨਾਇਕ ਘਟਨਾ ਸਾਡੇ ਪਿੰਡ ਦੇ ਵਿੱਚ ਵਾਪਰੀ ਆ, ਪੂਰੇ ਪਿੰਡ ਨੂੰ ਦੁੱਖ ਆ। ਮੈਂ ਆਪਣੀ ਦੁਕਾਨ 'ਤੇ ਸੀਗਾ ਜੀ, ਜਿਸ ਟਾਈਮ 'ਤੇ ਮੈਨੂੰ ਆ ਕੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਤੁਹਾਡੇ ਉੱਥੇ ਪਿੰਡ ਦੇ ਵਿੱਚ ਬਹੁਤ ਲੜਾਈ ਹੋ ਰਹੀ ਆ। ਮੈਂ ਜਦੇ ਦੁਕਾਨ ਬੰਦ ਕਰਕੇ 1/2 ਕਿਲੋਮੀਟਰ ਮੇਰੀ ਦੁਕਾਨ ਆ ਪਿੰਡ ਤੋਂ ਬਾਹਰ ਪਹੁੰਚਿਆ, ਤਾਂ ਉਸ ਟਾਈਮ 'ਤੇ ਉਹ ਲੜਕੇ ਨੂੰ ਚੁੱਕ ਕੇ ਲੈ ਕੇ ਹੋਸਪਿਟਲ ਚਲੇ ਗਏ ਸੀ। ਪਿੱਛੇ ਪੂਰੀ ਸਾਡੀ ਪੰਚਾਇਤ ਪਹੁੰਚ ਗਈ, ਜਾ ਕੇ ਪਤਾ ਲੱਗਾ ਕਿ ਗੋਪੀ ਨਾਂ ਦਾ ਲੜਕਾ ਹੈ, ਨਾਲ ਬਾਹਰਲੇ ਬੰਦੇ ਉਹਨੇ ਬੁਲਾਏ ਹੋਏ ਸਨ। ਇਹ ਕਿੰਨੇ ਕੁ ਬੰਦੇ ਸੀ ਇਹ ਜਿਹੜੇ ਬੁਲਾਏ ਹੋਏ ਸੀ? ਦੱਸਦੇ ਆ ਜੀ, ਮੌਕੇ 'ਤੇ ਤਾਂ ਮੈਂ ਨਹੀਂ ਸੀ, ਵੀ 6-7 ਬੰਦੇ ਤਾਂ ਉਸ ਟਾਈਮ 'ਤੇ ਸੀ, ਬਾਕੀ ਅਣਪਛਾਤੇ ਬੰਦੇ ਸੀਗੇ ਜਿਹੜੇ ਪਹਿਚਾਣ ਦੇ ਵਿੱਚ ਵੀ ਆਏ ਆ ਜੀ।
बाकी बाहरले बंदे सके जी नाल मुंडे जिहड़े ते गोपी ने जाने के कम किया जी जो मैनू दस्सिया सारा कुछ बहुत माड़ी गल हुई है जी दुखदायक घटना हुई साढ़े पिंड दे विच ते कोई पुरानी रंजिश भी सी इस करणदीप दे लड़के दे नाल कोई खास पुरानी रंजिश नहीं कि जिहड़ा कतले ही कर देना इदां दी कोई गल नहीं न्याणे दीआं लड़ाईआं झड़ाईआं हुण झगड़े हुंदे रहिंदे आ लॉकडाउन दे विच थोड़ा होया सीगा इन्हां दा उसी टाइम राजीनामा हो गया बाद विच दो दिन पहलां मेरे को दुकान ते आए आ इत्थे ते दोनों ने बड़ा सोहना एक दूजे नूं बुलाया मैं पुछया मैं कहा किद्दां हुण एक मिलजुल के रहा करो कहिंदे चाचा असीं इकट्ठे ही हाँ कोई इदां दी गलबात नहीं हैगी उस टाइम ते सानूं तां बहुत पुलिस प्रशासन वालों तुसीं की मंग करदे हो प्रशासन तो देखो जी असीं मंग करदे हां कि जिन्हें माड़ा काम किया उन्हूं सख्त तो सख्त सज़ा मिलनी चाहिए है जी इस तरह बच्चों का होर भी हौसला बधूगा कोई एड्डी गल नहीं सी जिहड़ा कतल कर देना लड़ाइया झगड़े पिंड दे विच हुंदे आ उन्हां नूं निपटाया भी जांदा आ